ਮਨਪ੍ਰੀਤ ਜੀ ਚੰਡੀਗੜ੍ਹ ਮੇਅਰ ਦੀ ਚੋਣ ਬਾਰੇ ਜੋ ਫੈਸਲਾ ਅੰਤਰਮ ਫੈਸਲਾ ਆਇਆ ਪੰਜਾਬ ਹਾਈ ਕੋਰਟ ਦਾ ਉਹਦੇ ਖਿਲਾਫ ਉਹ ਨਾਮ ਆਦਮੀ ਪਾਰਟੀ ਸੁਪਰੀਮ ਕੋਰਟ ਜਾ ਰਹੀ ਹੈ ਬਿਲਕੁਲ ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਕੋਈ ਆਪਸ਼ਨ ਜੇ ਚਾਰਾ ਹੀ ਨਹੀਂ ਛੱਡਿਆ ਹੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਜੋ ਫੈਸਲਾ ਦਿੱਤਾ ਔਰ ਇਹ ਗੱਲ ਕਹੀ ਆ ਕਿ ਚੰਡੀਗੜ੍ਹ ਪ੍ਰਸ਼ਾਸਨ 3 ਹਫ਼ਤੇ ਦੇ ਬਾਅਦ ਇਹਦਾ ਜਵਾਬ ਦੇਵੇ ਲਗਭਗ ਤੁਸੀਂ ਦੇਖੋ 26 ਫਰਵਰੀ ਤੱਕ ਇਸ ਨੂੰ ਟਾਲ ਦਿੱਤਾ ਔਰ ਵਾਸੂਦੀ ਆਪਾਂ ਨੂੰ ਪਤਾ ਕਿ ਇਸ ਦੌਰਾਨ ਜੋ ਆਮ ਆਦਮੀ ਪਾਰਟੀ ਦੇ ਜਾਂ ਕਾਂਗਰਸ ਦੇ ਇਹਨਾਂ ਸਾਰੇ ਕਾਉਂਸਲਰਸ ਦੇ ਖਤਸ਼ੇ ਵੀ ਆ ਔਰ ਜਿਹੜਾ ਪਟੀਸ਼ਨਰ ਆ ਜਿਨੇ ਇਹ ਪਟੀਸ਼ਨ ਫਾਈਲ ਕੀਤੀ ਆ ਕੁਲਦੀਪ ਕੁਮਾਰ ਉਹਦੇ ਵੀ ਖਸ਼ੇ ਆ ਕਿ ਇਸ ਦੌਰਾਨ ਰੈਕર્ડ ਆ ਜਿਹੜਾ ਉਹ ਟੈਂਪਰ ਹੋ ਸਕਦਾ ਉਸ ਨਾਲ ਛੇੜਛਾੜ ਹੋ ਸਕਦੀ ਆ ਦੇਖੋ ਨਾ ਤਾਂ ਕੋਈ ਇਹ ਬਹੁਤ ਵੱਡੀ ਕੋਈ ਮੈਥਮੈਟਿਕਸ ਕੈਲਕੂਲੇਸ਼ਨ ਆ ਨਾ ਕੋਈ ਇਹ ਰਾਕਟ ਸਾਇੰਸ ਆ ਸਾਰਿਆਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਦੇ ਤੇ ਕਾਉਂਸਲਰ ਤੇ ਇਸੇ ਤਰ੍ਹਾਂ ਕਾਂਗਰਸ ਦੇ ਮਿਲ ਕੇ ਇਨਾਂ ਦੀ ਜਿਹੜੀ ਤਾਦਾਦ ਆ ਗਿਣਤੀ ਆ ਨਫਰੀਆ ਉਹ ਭਾਰਤੀ ਜਨਤਾ ਪਾਰਟੀ ਤੋਂ ਵੱਧ ਆ ਭਾਰਤੀ ਜਨਤਾ ਪਾਰਟੀ ਕਿਸੇ ਕਰਕੇ ਵੀ ਆਪਣਾ ਮੇਰ ਨਹੀਂ ਸੀ ਬਣਾ ਸਕਦੀ ਪਰ ਜਿਹੜੀ ਇਹ ਤਾਂਦਲੀ ਹੋਈ ਆ ਔਰ ਜਿਸ ਕਰਕੇ ਇਹ ਪਾਰਟੀਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗਈਆਂ ਸੀ ਪਰ ਉੱਥੇ ਇਹਨਾਂ ਨੂੰ ਫੌਰੀ ਰਾਹਤ ਨਹੀਂ ਮਿਲਦੀ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਵਸੂ ਜੀ ਕਿ ਉਹ ਸੁਪਰੀਮ ਕੋਰਟ ਦਾ ਰੁਕ ਕਰਨਗੇ ਉੱਥੇ ਜਾ ਕੇ ਇਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਅੰਤਰੀਮ ਫੈਸਲਾ ਹੈ ਇੰਟਰਮ ਇੱਕ ਤਰ੍ਹਾਂ ਦਾ ਆਰਡਰ ਆ ਇਸ ਨੂੰ ਚੈਲੰਜ ਕਰਕੇ ਤੇ ਜਲਦੀ ਸੁਣਵਾਈ ਕਰਨ ਦੀ ਗੱਲ ਕਹੀ ਗਈ ਤਾਂ ਕਿ ਇਸ ਦਾ ਫੈਸਲਾ ਜਲਦੀ ਹੋ ਸਕੇ ਵੈਸੇ ਵੀ ਮੈਨੂੰ ਲੱਗਦਾ ਅਦਾਲਤਾਂ ਨੂੰ ਫੈਸਲੇ ਇੰਨੀ ਦੇਰ ਤੱਕ ਮੁਲਤਵੀ ਨਹੀਂ ਕਰਨੇ ਚਾਹੀਦੇ ਜਦੋਂ ਸੰਵਿਧਾਨ ਦੀ ਗੱਲ ਹੋਵੇ ਕਾਨੂੰਨ ਦੀ ਗੱਲ ਹੋਵੇ ਔਰ ਖਾਸ ਤੌਰ ਤੇ ਲੋਕਤੰਤਰ ਦੀ ਗੱਲ ਹੋਵੇ ਲੋਕਤੰਤਰ ਦੀ ਜਿਸ ਤਰ੍ਹਾਂ ਇਹ ਜਿਸ ਤਰ੍ਹਾਂ ਸ਼ਰੇਆਮ ਜਿਹਨੂੰ ਆਪਾਂ ਕਹਿੰਦੇ ਆ ਜਾਂ ਬਰੇਜ਼ਨਲੀ ਜਿਸ ਤਰ੍ਹਾਂ ਇਹਨੂੰ ਤੋਰ ਮੋੜ ਕੇ ਜਾਂ ਲੋਕਾਂ ਦੇ ਵੱਲ ਪੇਸ਼ ਕੀਤਾ ਗਿਆ ਆਪਣਾ ਮੇਰ ਚੁਣ ਲਿਆ ਭਾਜਪੀ ਨੇ ਇਸ ਨਾਲ ਇਸ ਡੈਮੋਕਰੇਸੀ ਦਾ ਇੱਕ ਤਰ੍ਹਾਂ ਦਾ ਸਾਰੇ ਸਾਹਮਣੇ ਸਿਰ ਝੁਕਿਆ ਸੋ ਚਾਹੁੰਦੇ ਆ ਕਿ ਜਲਦੀ ਸੁਪਰੀਮ ਕੋਰਟ ਇਹ ਜਿਹੜੀਆਂ ਪਾਰਟੀਆਂ ਨੇ ਚਾਹੁੰਦੀਆਂ ਕਿ ਜਲਦੀ ਸੁਪਰੀਮ ਕੋਰਟ ਇਸ ਉੱਤੇ ਕੋਈ ਰੋਕ ਇਕਤਿਆਰ ਕਰੇ ਔਰ ਕੋਈ ਫੈਸਲਾ ਲਵੇ ਜੀ ਵਾਸੋ ਜੀ ਮਨਪੀ ਜੀ ਇੱਕ ਪਾਸੇ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਜਾ ਰਹੀ ਹੈ ਦੂਜੇ ਪਾਸੇ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਫਿਰ ਤੋਂ ਸਮਨ ਭੇਜੇ ਗਏ ਨੇ ਬਿਲਕੁਲ ਤੁਸੀਂ ਦੇਖੋ ਅਰਵਿੰਦ ਕੇਜਰੀਵਾਲ ਨੂੰ ਸਮਨ ਭੇਜੇ ਗਏ ਆ ਔਰ ਇਹ ਇਹਨਾਂ ਨੂੰ ਪੰਜਵੀਂ ਵਾਰੀ ਸਮਨ ਭੇਜੇ ਗਏ ਆ ਔਰ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ 2 ਫਰਵਰੀ ਨੂੰ ਜਦੋਂ ਇਹ ਪੇਸ਼ ਹੋਣਗੇ ਆਉਣ ਵਾਲੇ ਕੱਲ ਤੇ ਹੋ ਸਕਦਾ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇ ਹਿਮੰਤ ਸੁਰੇਨ ਨੂੰ ਤੁਸੀਂ ਦੇਖੋ ਹਿਮੰਤ ਸੁਰੇਨ ਨੂੰ ਗ੍ਰਿਫਤਾਰ ਕਰ ਲਿਆ ਪਹਿਲਾਂ 8 ਘੰਟੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਉਦੋਂ ਬਾਅਦ ਗ੍ਰਿਫਤਾਰ ਕਰ ਲਿਆ ਉਹ ਤਾਂ ਹਿਮੰਤ ਸੁਰੇਨ ਨੂੰ ਪਤਾ ਲੱਗ ਚੁੱਕਾ ਸੀ ਕਿ ਇਹ ਮੈਨੂੰ ਤੋੜਨਾ ਚਾਹੁੰਦੇ ਆ ਜਾਂ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਆਪਣਾ ਜਿਹੜਾ ਸਕਸੈਸਰ ਸੀ ਜਾਂ ਅਗਲਾ ਚੀਫ ਨਿਊਜ਼ ਸੀ ਉਹ ਨੂੰ ਯੁਕਤ ਕਰ ਗਏ ਸੋ ਕਹਿਣ ਦਾ ਭਾਵ ਹੈ ਕਿ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਦਾ ਇਸ ਟਾਈਮ ਇੱਕ ਤਰ੍ਹਾਂ ਦੀ ਐਗਜ਼ਿਬਿਸ਼ਨ ਕਰ ਰਹੀ ਆ ਲੋਕਤੰਤਰ ਦੀ ਜਾਂ ਜਿਸ ਤਰ੍ਹਾਂ ਦੀਆਂ ਉਦਾਹਰਨਾਂ ਜਾਂ ਪਿਰਤਾ ਪਾ ਰਹੀ ਆ ਇਹ ਲੋਕਤੰਤਰ ਦੇ ਲਈ ਬਹੁਤ ਖਤਰਾ ਔਰ ਇਹ ਗੱਲ ਅਸੀਂ ਨਹੀਂ ਕਹਿ ਰਹੇ ਤੁਸੀਂ ਦੇਖੋ ਇਹਨਾਂ ਦੇ ਆਪਣੇ ਐਮਪੀ ਨੇ ਸੁਭਰਾ ਮੰਨਿਨ ਸਵਾਮੀ ਉਹ ਭਾਰਤੀ ਜਨਤਾ ਪਾਰਟੀ ਦੇ ਐਮਪੀ ਆ ਔਰ ਖੁੱਲ ਕੇ ਬੋਲੇ ਆ ਬੀਤੇ ਕੱਲ ਉਹਨਾਂ ਨੇ ਇੰਟਰਵਿਊ ਦਿੱਤਾ ਉਹ ਕਹਿੰਦੇ ਜੇ ਇਸ ਬੀਜੇਪੀ ਦੀ ਸਰਕਾਰ ਨੂੰ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਝੋਲਿਆ ਤੇ ਇਸ ਮੁਲਕ ਦੇ ਵਿੱਚ ਤੁਸੀਂ ਭੁੱਲ ਜੋ ਕਿ ਕਦੇ ਲੋਕਤੰਤਰ ਹੋਏਗਾ ਤਾਨਾਸ਼ਾਈ ਨੂੰ ਵੱਧ ਰਿਹਾ ਔਰ ਕਹਿੰਦੇ ਮੈਂ ਇਸ ਦਾ ਡਟ ਕੇ ਮੁਕਾਬਲਾ ਕਰਾਂਗਾ ਔਰ ਸਾਨੂੰ ਇਹ ਰੋਜ਼ ਹੀ ਦਿਖਾਈ ਦਿੰਦਾ ਕਿ ਈਡੀ ਉੱਥੇ ਭੇਜੀ ਜਾਂਦੀ ਹੈ ਜਿੱਥੇ ਸਰਕਾਰਾਂ ਤੋੜਨੀਆਂ ਹੁਣ ਜਦੋਂ ਕਿਸੇ ਨੂੰ ਜੇਲ੍ਹ ਚ ਸੁੱਟਣਾ ਹੋਵੇ ਔਰ ਵਾਸੂ ਜੀ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਸਾਨੂੰ 2024 ਦੇ ਵਿੱਚ ਚੋਣਾਂ ਆ ਰਹੀਆਂ ਨੇ ਔਰ ਮੈਨੂੰ ਲੱਗਦਾ ਵਿਰੋਧੀ ਧਿਰ ਦੇ ਅੱਧੇ ਤੋਂ ਜ਼ਿਆਦਾ ਨੇਤਾ ਜ਼ਿਲ੍ਹਾ ਤੋਂ ਚੋਣ ਲੜਨਗੇ ਹਲਾਤ ਇਸ ਤਰ੍ਹਾਂ ਦੇ ਬਣ ਗਏ ਆ ਜੀ ਵਾਸੂ ਜੀ ਮਨਪ੍ਰੀਤ ਜੀ ਜੇ ਪੰਜਾਬ ਦੀ ਗੱਲ ਕਰੀਏ ਤਾਂ ਐਸਜੀਪੀਸੀ ਵੱਲੋਂ ਥੋੜੀ ਜਿਹੀ ਚਿੰਤਾ ਪ੍ਰਗਟ ਕੀਤੀ ਗਈ ਹੈ ਕਹਿੰਦੇ ਐਸਜੀਪੀਸੀ ਦੀਆਂ ਚੋਣਾਂ ਹੋਣੀਆਂ ਨੇ ਤੇ 30 ਜਨਵਰੀ ਤੱਕ ਸਿਰਫ 15 ਲੱਖ ਵਿਅਕਤੀਆਂ ਨੇ ਵੋਟ ਪਾਉਣ ਲਈ ਰਜਿਸਟਰ ਕੀਤਾ ਕਿਉਂਕਿ ਦਿਲਚਸਪੀ ਨਹੀਂ ਹੈ ਜਦੋਂ ਕਿਸੇ ਸੰਸਥਾ ਦੇ ਵਿੱਚ ਦਿਲਚਸਪੀ ਨਹੀਂ ਹੋਏਗੀ ਕ੍ਰੈਡੀਬਿਲਿਟੀ ਘਟਦੇਗੀ ਭਰੋਸੇਯੋਗਤਾ ਘਟਦੇਗੀ ਔਰ ਇਹ ਲੱਗਣ ਲੱਗ ਜਾਏਗਾ ਲੋਕਾਂ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਇੱਕ ਪਾਰਟੀ ਵੱਲੋਂ ਕੰਟਰੋਲ ਕੀਤੀ ਜਾਂਦੀ ਹੈ ਇਹ ਸਾਰਿਆਂ ਬਾਰੇ ਨਹੀਂ ਸੋਚਦੀ ਤਾਂ ਫੇਰ ਇਹ ਜਿਹੜਾ ਘਟ ਕੇ ਇਹਨਾਂ ਦੇ ਜਿਹੜੇ ਵੋਟਰ ਰਜਿਸਟ੍ਰੇਸ਼ਨ ਆ ਉਹ ਘਟ ਕੇ ਇੰਨਾ ਰਹਿ ਜਾਊਗਾ ਹੁਣ ਤੁਸੀਂ ਦੇਖੋ 31 ਜਨਵਰੀ ਤੱਕ ਕੇਵਲ 15 ਲੱਖ ਵੋਟਰ ਨੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਤੇ ਜੇ ਸਾਨੂੰ 2011 ਦੇ ਵਿੱਚ ਦੇਖਿਆ ਜਾਵੇ ਤੇ ਇਹ 51 ਲੱਖ ਸੀ 51 ਲੱਖ ਜੀ ਤੇ ਇਹਨਾਂ 30% ਤੱਕ ਰਹਿ ਗਿਆ ਇਹ ਤਾਂ ਲੋਕਾਂ ਨੂੰ ਦਿਲਚਸਪੀ ਨਹੀਂ ਆ ਲੋਕਾਂ ਨੂੰ ਇਹ ਲੱਗ ਰਿਹਾ ਕਿ ਇਹ ਸੰਸਥਾ ਲੋਕਾਂ ਲਈ ਤਾਂ ਕੋਈ ਕੰਮ ਨਹੀਂ ਕਰਦੀ ਬਾਕੀ ਵੀ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਜਿਹੜੇ ਇੰਸਟੀਚਿਊਟ ਚਲਾਉਂਦੀਆਂ ਨੇ ਬੜੇ ਵਧੀਆ ਇੰਸਟੀਚਿਊਟ ਚਲਾਉਂਦੀਆਂ ਨੇ ਲੋਕਾਂ ਨੂੰ ਉਥੇ ਐਡਮਿਸ਼ਨਸ ਨਹੀਂ ਮਿਲਦੀਆਂ ਕੋਈ ਮੈਡੀਕਲ ਕਾਲਜ ਚ ਲਾ ਰਿਹਾ ਕੋਈ ਇੰਜੀਨੀਅਰਿੰਗ ਕਾਲਜ ਚ ਲਾ ਰਿਹਾ ਤੇ ਕੀ ਐਸਟੀਪੀਸੀ ਸਕੂਲਾਂ ਦੇ ਵਿੱਚ ਜਾਂ ਇਹਨਾਂ ਦੇ ਮੈਡੀਕਲ ਕਾਲਜਿਸ ਦੇ ਵਿੱਚ ਦਾਖਲੇ ਲੈਣ ਲਈ ਇੰਨੀ ਕੋਈ ਹੋੜ ਲੱਗੀ ਹੈ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਜਿਹੜਾ ਫੰਡ ਇਸਤੇਮਾਲ ਕਰਦੇ ਆ ਇਹ ਜਾਂ ਇਹਨਾਂ ਨੂੰ ਦਿੱਤਾ ਜਾਂਦਾ ਕੇਵਲ ਤੇ ਕੇਵਲ ਇਹ ਪੋਲੀਟਿਕਲ ਹਿੱਤਾਂ ਲਈ ਇਸਤੇਮਾਲ ਕਰਦੇ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਐਸਟੀਪੀਸੀ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਦਿਲਚਸਪੀ ਕਾਫੀ ਘਟੀ ਹੈ ਜੀ ਮਨਪ੍ਰੀਤ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਕਾਨੂੰਨ ਲਾਗੂ ਕੀਤਾ ਗਿਆ ਹੈ ਸਰਕਾਰੀ ਬੱਸਾਂ ਵਿੱਚ 52 ਪੈਸੇਂਜਰਜ਼ ਹੀ ਬੈਠਣਗੇ ਇਹਦੇ ਨਾਲ ਜਿਹੜੇ ਆਮ ਯਾਤਰੀ ਨੇ ਉਹਨਾਂ ਦੀ ਕਾਫੀ ਖੱਜਲ ਖਵਾਰੀ ਹੋ ਰਹੀ ਹੈ ਦੇਖੋ ਵਾਸੂ ਜੀ ਇਹ ਕਾਨੂੰਨ ਤੋਂ ਪਹਿਲਾਂ ਤੋਂ ਹੀ ਆ ਹਮ ਪਰ ਇਸ ਨੂੰ ਜਿਹੜੇ ਪੰਜਾਬ ਰੋਡ ਵੇਜ਼ ਹੋਇਆ ਜਿਹਨੂੰ ਪੰਲ ਬੱਸ ਕੱਲ ਹੋ ਜਾਂ ਪੀ ਆਰਟੀਸੀ ਦੀਆਂ ਬੱਸਾਂ ਜਿੱਨੀਆਂ ਸਰਕਾਰੀ ਬੱਸਾਂ ਦੇ EMPLOYEES ਨੇ ਉਹ ਬਤੌਰ ਹਥਿਆਰ ਬਣਾ ਕੇ ਹੁਣ ਸਰਕਾਰ ਨਾਲ ਲੜਾਈ ਕਰਨਾ ਚਾਹੁੰਦੇ ਆ ਹਮਮ ਬਹੁਤ ਸਾਰੀਆਂ ਇਹਨਾਂ ਦੀਆਂ ਪੈਂਡਿੰਗ ਡਿਮਾਂਡਸ ਨੇ ਮੰਗਾ ਨੇ ਇਹਨਾਂ ਦੀਆਂ ਉਹ ਪੂਰੀਆਂ ਨਹੀਂ ਕੀਤੀਆਂ ਔਰ ਤੁਸੀਂ ਦੁਨੀਆ ਦੇ ਵੱਖਰੇ ਵੱਖਰੇ ਹਿੱਸਿਆਂ 'ਚ ਦੇਖ ਲਓ ਤੁਹਾਡੇ ਵੀ ਇੱਥੇ ਕਈ ਵਾਰੀ ਜਿਹੜੇ ਬੱਸੇ ਵਾਲੇ ਸਟ੍ਰਾਈਕ ਕਰ ਦਿੰਦੇ ਆ ਇਸੇ ਤਰ੍ਹਾਂ ਇੱਥੇ ਹੀ ਆ ਤੋਂ ਕਹਿਣ ਦਾ ਭਾਵ ਆ ਕਿ ਲਗਭਗ ਸਰਕਾਰਾਂ ਦਾ ਬਤੀਰਾ ਪੂਰੀ ਦੁਨੀਆ ਦੇ ਵਿੱਚ ਇੱਕੋ ਜਿਹਾ ਹੀ ਆ ਹੁਣ ਇਹਨਾਂ ਨੇ ਕੀ ਕੀਤਾ ਕਿ 52 ਸਵਾਰੀਆਂ ਲੈ ਕੇ ਜਾਣੀਆਂ ਆ ਆਮ ਤੌਰ ਤੇ ਕਾਨੂੰਨ ਇਹ ਆ ਕਿ ਜੇ ਉਸ ਤੋਂ ਵੱਧ ਲੈ ਕੇ ਜਾਓਗੇ ਔਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਬੱਸਾਂ ਨਕੋ ਨਕ ਭਰੀਆਂ ਹੁੰਦੀਆਂ ਚੱਲੀਆਂ ਅੰਦਰ ਵੀ ਹੁੰਦੀਆਂ ਉੱਤੇ ਵੀ ਹੁੰਦੀਆਂ ਪਿੱਛੇ ਵੀ ਹੁੰਦੀਆਂ ਸਵਾਰੀਆਂ ਔਰ ਬਾਰੀਆਂ ਦੇ ਵਿੱਚੋਂ ਬਾਹਰ ਵੀ ਨਿਕਲੀਆਂ ਹੁੰਦੀਆਂ ਛਿੜਕੀਆਂ ਦੇ ਵਿੱਚੋਂ ਤਾਂ ਇਸ ਨੂੰ ਦੇਖਦੇ ਹੋਏ ਇਹਨਾਂ ਨੇ ਹੁਣ 52 ਸਵਾਰੀਆਂ ਤੋਂ ਜ਼ਿਆਦਾ ਚੜਾਉਣੀਆਂ ਬੰਦ ਕਰਤੀਆਂ ਔਰ ਜਿੱਥੇ ਵੀ ਚੜ੍ਹਦੀਆਂ ਨੇ ਇਹ ਬੱਸਾਂ ਸਾਈਡ ਤੇ ਲਾ ਕੇ ਖੜੇ ਹੋ ਜਾਂਦੇ ਨੇ ਪਹਿਲਾਂ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਉਤਰੋ ਅਸੀਂ ਫੇਰ ਤੁਹਾਨੂੰ ਕਿਸੇ ਡੈਸਟੀਨੇਸ਼ਨ ਤੇ ਪਹੁੰਚਾਵਾਂਗੇ ਸਰਕਾਰ ਲਈ ਇੱਕ ਬੜੀ ਵੱਡੀ ਸਿਰਦਰਦੀ ਬਣ ਗਈ ਆ ਔਰ ਇਹਨਾਂ ਨੂੰ ਲੱਗਦਾ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਅਸੀਂ 52 ਸਵਾਰੀਆਂ ਤੋਂ ਵੱਧ ਲੈ ਕੇ ਜਾਈਏ ਤਾਂ ਇਹ ਕਾਨੂੰਨ ਦੇ ਵਿੱਚ ਤਬਦੀਲੀ ਕਰਨ ਹੁਣ ਸਰਕਾਰ ਤਬਦੀਲੀ ਕਿਸ ਤਰ੍ਹਾਂ ਕਰ ਦੇ ਸਰਕਾਰ ਇਹ ਚੀਜ਼ ਕਿਸ ਤਰ੍ਹਾਂ ਕਹਿੰਦੇ ਕਿ ਤੁਸੀਂ ਸਵਾਰੀਆਂ ਨੂੰ ਅਸੁਰੱਖਿਅਤ ਸਫ਼ਰ ਕਰਵਾਓ ਇਸ ਗੱਲ ਦਾ ਤੁਸੀਂ ਦੇਖੋ ਇਹ ਕੈਚ 22 ਸਿਚੁਏਸ਼ਨ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਫਸ ਗਿਆ ਕਾਰਨ ਕੇਵਲ ਇਹ ਹੀ ਹੈ ਕਿ ਸਰਕਾਰ ਨੂੰ ਇੱਕ ਤਰ੍ਹਾਂ ਗੋਡੇ ਆ ਭਾਰ ਲਿਆ ਕਿ ਉਹਨਾਂ ਤੋਂ ਆਪਣੀਆਂ ਮੰਗਾਂ ਬਣਵਾਉਣਾ ਚਾਹੁੰਦੇ ਆ ਇਹਨਾਂ ਤੋਂ ਆਪਣੀਆਂ ਜਿਹੜੀਆਂ ਪੈਂਡਿੰਗ ਆ ਕਈ ਜਿਹੜੇ ਇਹਨਾਂ ਦੇ ਵਰਕਰਸ ਨੇ ਇਹਨਾਂ ਦੇ EMPLOYES ਨੇ ਉਹ ਕੱਚੇ ਨੇ ਕਈਆਂ ਦੀਆਂ ਤਨਖਾਹਾਂ ਨਹੀਂ ਵਧੀਆਂ ਕਈਆਂ ਦੇ ਜਿਹੜੀਆਂ ਇਨਕਰੀਮੈਂਟਸ ਆ ਉਹ ਨਹੀਂ ਲੱਗੀਆਂ ਇਹ ਤਮਾਮ ਤਰ੍ਹਾਂ ਦੇ ਵਾਅਦੇ ਇਸ ਸਰਕਾਰ ਨੇ ਕੀਤੇ ਸੀ ਸੋ ਇਹਨਾਂ ਨੇ ਇੱਕ ਨਿਆਬ ਤਰੀਕਾ ਲੱਭਿਆ ਕਿ ਸਰਕਾਰ ਦਾ ਹੀ ਕਾਨੂੰਨ ਇੱਥੋਂ ਦਾ ਕਾਨੂੰਨ ਲੈ ਕੇ ਉਸ ਉੱਤੇ ਪਾਲਣਾ ਕਰਨੀ ਸ਼ੁਰੂ ਕਰ ਦਿੰਦੇ ਆ ਤਾਂ ਕਿ ਜਿੰਨੀ ਦੇਰ ਤੱਕ ਤੁਸੀਂ ਕਾਨੂੰਨ ਨਹੀਂ ਹਟਾਉਂਦੇ ਅਸੀਂ ਬੱਸਾ ਨਹੀਂ ਚਲਾਵਾਂਗੇ ਜਾਂ ਉਹਨਾਂ ਨੂੰ ਡੈਸਟੀਨੇਸ਼ਨ ਤੇ ਨਾ ਪਹੁੰਚਾਵਾਂਗੇ ਜੀ ਵਾਸੂ ਜੀ ਤੇ ਮਨਪ੍ਰੀਤ ਜੀ ਜਿਹੜਾ ਗਲੋਬਲ ਕਰਾਪਸ਼ਨ ਇੰਡੈਕਸ ਆ ਉਹਦੇ ਵਿੱਚ 222 ਵਿੱਚ ਭਾਰਤ 85ਵੇਂ ਨੰਬਰ ਤੇ ਸੀ 232 ਦੇ ਵਿੱਚ ਹੁਣ 93 ਨੰਬਰ ਤੇ ਆ ਗਿਆ ਜੀ ਬਿਲਕੁਲ ਦੇਖੋ ED ED ਕਹਿੰਦੇ ਕਰਾਪਸ਼ਨ ਖਤਮ ਕਰ ਦੂਗੀ ਪਰ ED ਤੇ ਤਾਂ ਕੰਮ ਆ ਸਰਕਾਰਾਂ ਤੋੜਨਾ ਵਿਰੋਧੀਆਂ ਧਿਰਾਂ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਣਾ ਇਹ ਤਾਂ ਇੱਕ ਟੂਲ ਬਣ ਕੇ ਰਹਿ ਗਿਆ ਇਹ ਆਪਾਂ ਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਤਾਮਿਲਨਾਡੂ ਦੀ ਇੱਕ ਕਹਾਣੀ ਸੁਣਾਈ ਸੀ ਕਿਸ ਤਰ੍ਹਾਂ ਉੱਥੇ ਦੇ ਦੋ ਕਿਸਾਨ ਭਰਾ ਸੀ ਜਿਨ੍ਹਾਂ ਕੋਲੇ 6.5 ਏਕੜ ਜ਼ਮੀਨ ਸੀ ਬੈਂਕਾਂ ਦੇ ਵਿੱਚ ਕੇਵਲ 450 ਰੁਪਈਆ ਸੀ ਉਹਨਾਂ ਨੂੰ ਵੀ ਈਡੀ ਨੇ ਮਨੀ ਲਾਂਡਰਿੰਗ ਦਾ ਇੱਕ ਨੋਟਿਸ ਮਾਤਾ ਸੀ ਭੇਜਤਾ ਸੀ ਜੀ ਔਰ ਉਹਨਾਂ ਕੋਲੇ ਜਾ ਕੇ ਈਡੀ ਦੇ ਦਫ਼ਤਰ ਦੇ ਵਿੱਚ ਪੇਸ਼ ਹੋਣ ਤੱਕ ਦੇ ਪੈਸੇ ਨਹੀਂ ਸੀ ਕਰਜ਼ਾ ਲੈ ਕੇ ਉਹ ਗਏ ਆ ਇਹ ਹਾਲਾਤ ਨੇ ਤੋਂ ਇਸ ਕਰਕੇ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਕ腐ਸ਼ਨ ਦੀਆਂ ਹੁਣ ਬਿਲਕੁਲ ਤੁਹਾਡੀ ਗੱਲ ਠੀਕ ਆ ਇਸ ਹਿਸਾਬ ਨਾਲ ਤਾਂ ਇਹਨਾਂ ਦੀ ਰੈਂਕਿੰਗ ਆ ਜਿਹੜੀ ਸੁਧਰਨੀ ਚਾਹੀਦੀ ਸੀ ਪਰ ਸਨ 2022 ਦੇ ਵਿੱਚ 85ਵੀਂ ਤੇ ਹੁਣ ਤੁਸੀਂ ਦੇਖੋ 93 ਤੇ ਪਹੁੰਚ ਗਿਆ ਪਰ ਭਾਰਤ ਦੇ ਲੋਕ ਬੜੇ ਖੁਸ਼ ਆ ਉਹ ਖੁਸ਼ ਇਸ ਕਰਕੇ ਆ ਵਾਸੂ ਜੀ ਇਹਨਾਂ ਨੂੰ ਆ ਵੀ ਸਾਡਾ ਤਾਂ ਮੁਕਾਬਲਾ ਕੇਵਲ ਪਾਕਿਸਤਾਨ ਨਾਲ ਆ ਉਹ ਪਾਕਿਸਤਾਨ 133ਵੇਂ ਨੰਬਰ ਤੇ ਆ ਸਾਨੂੰ ਵਧੀਆ ਮੁਲਕਾਂ ਦੇ ਨਾਲ ਮੁਕਾਬਲਾ ਕਰਨ ਦੀ ਕੀ ਲੋੜ ਆ ਇਸ ਗੱਲ ਤੋਂ ਸਮਝੋ ਕਿ ਮਾਨਸਿਕਤਾ ਕਿੱਥੋਂ ਤੱਕ ਪਹੁੰਚ ਗਈ ਆ ਹੂੰ ਹੂੰ ਬਾਕੀ ਜਿਹੜੇ ਮੁਲਕ ਆ ਇਹ ਨਹੀਂ ਆ ਕਿ ਸਾਰੇ ਕੋਈ ਕ腐ਸ਼ਨ ਫ੍ਰੀ ਆ ਸਾਰੇ ਮੁਲਕਾਂ ਦੇ ਵਿੱਚ ਨਾਰਥ ਅਮਰੀਕਨ ਮੁਲਕ ਹੋਣ ਚਾਹੇ ਯੂਰੋਪੀਅਨ ਮੁਲਕ ਹੋਣ ਪਰ ਉਹਨਾਂ ਨੇ ਕਰਪਸ਼ਨ ਨੂੰ ਥੋੜੀ ਬਹੁਤੀ ਥੱਲ ਪਾਉਣ ਦੀ ਕੋਸ਼ਿਸ਼ ਕੀਤੀ ਆ ਆਪਣੇ ਜਿਹੜੇ ਲਾਅਸ ਨੇ ਕਾਨੂੰਨ ਨੇ ਉਹਨਾਂ ਨੂੰ ਸਖਤ ਕੀਤਾ ਜਿਸ ਕਰਕੇ ਉੱਥੇ ਰੋਕ ਧਾਮ ਬਾਕੀ ਤਾਂ ਸਾਰੇ ਹਿਊਮਨ ਟੈਂਡੈਂਸੀਆ ਹੈ ਜੀ ਵਾਸੂ ਜੀ ਇਵਨ ਜਿਹੜਾ ਮੁਲਕ ਪਹਿਲੇ ਨੰਬਰ ਤੇ ਵੀ ਹੈ ਜੀ ਉਹਨਾਂ ਦੇ ਵੀ ਮੈਂ ਦੇਖ ਰਿਹਾ ਸੀ 92 93 ਨੰਬਰ ਨੇ 100 ਦੇ ਵਿੱਚੋਂ 100 ਨੰਬਰ ਤਾਂ ਕਿਸੇ ਵੀ ਮੁਲਕ ਦੇ ਨਹੀਂ ਹਾਂ ਜੀ ਉਹ ਹੋ ਹੀ ਨਹੀਂ ਸਕਦੇ ਜੀ ਕਿਤੇ ਨਾ ਕਿਤੇ ਤੁਸੀਂ ਦੇਖੋ ਜਿੱਥੇ ਤੁਸੀਂ ਬੈਠਿਓ ਕੈਨੇਡਾ ਦੇ ਵਿੱਚ ਸਾਰੇ ਪ੍ਰੋਵਿੰਸਸ ਚੋਂ ਜਾਂ ਇਵਨ ਫੈਡਰਲ ਗਵਰਨਮੈਂਟ ਦੇ ਕਿੰਨੇ ਕਰਾਪਸ਼ਨ ਦੇ ਕੇਸਿਸ ਆਉਂਦੇ ਆ ਇਹਦਾ ਇੱਕ ਚੰਗੀ ਤਰ੍ਹਾਂ ਕੈਨੇਡਾ ਵਾਲੇ ਤੇ ਜਾਂਚ ਵੀ ਨਹੀਂ ਕਰਾਉਂਦੇ ਜੀ ਬਸ ਜੀ ਤੇ ਮਨਪ੍ਰੀਤ ਜੀ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਸੀ 6 ਬੇਰੋਜ਼ਗਾਰ ਨੌਜਵਾਨਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਜਿਹੜੇ স্মੋਕ ਕੈਨਿਸਟਰ ਛੁੱਟੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੁਣ ਉਹਨਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਉਹਨਾਂ ਦੇ ਉੱਤੇ ਹੁਣੇ ਦੋਸ਼ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਵਿਰੋਧੀ ਪਾਰਟੀਆਂ ਦੇ ਉੱਤੇ ਏ ਬੀਤੇ ਕੱਲ ਵਾਸੂ ਜੀ ਅਦਾਲਤ ਦੇ ਵਿੱਚ ਕੇਸ ਆਇਆ ਸੀ ਹਰਜੀਤ ਕੌਰ ਦੀ ਕੋਰਟ ਸੀ ਉਹਦੇ ਵਿੱਚ ਇਹ ਜਿਹੜੇ 6 ਨੌਜਵਾਨ ਸੀ ਜਿਨ੍ਹਾਂ ਨੇ ਉਥੇ ਕੈਨਿਸਟਰਸ ਧੂਏ ਵਾਲੇ ਛੁੱਟੇ ਬੇਰੋਜ਼ਗਾਰ ਸੀ ਕੇਵਲ ਤੇ ਕੇਵਲ ਪਾਰਲੀਮੈਂਟ ਦਾ ਜਾਂ ਉਥੇ ਜਿਨੇ ਦਾਵੇਦਾਰ ਅਹੁਦੇਦਾਰ ਜਾਂ ਵੱਡੇ ਅਹੁਦੇ 'ਤੇ ਬੈਠੇ ਹੁੰਦੇ ਨੇ ਪੋਲਿਟਿਸ਼ੀਅਨਸ ਉਹਨਾਂ ਦਾ ਧਿਆਨ ਦਿਵਾਉਣਾ ਇਹਨਾਂ ਦਾ ਮਕਸਦ ਸੀ ਪਰ ਹੁਣ ਇਹਨਾਂ ਨੇ ਅਦਾਲਤ ਦੇ ਵਿੱਚ ਇਹ ਗੱਲ ਕਹੀ ਆ ਕਿ ਦਿੱਲੀ ਪੁਲਿਸ ਸਾਨੂੰ ਬਹੁਤ ਜ਼ਿਆਦਾ 3rd ਡਿਗਰੀ ਟੌਰਚਰ ਕਰ ਰਹੀ ਆ ਸਾਨੂੰ ਕਰੰਟ ਲਾ ਰਹੀ ਆ ਇਲੈਕਟ੍ਰਿਕ ਸ਼ੌਕਸ ਲਾ ਰਹੀ ਆ ਸਾਨੂੰ ਕੁੱਟਿਆ ਮਾਰਿਆ ਜਾ ਰਿਹਾ ਤਾਂ ਕਿ ਤੁਸੀਂ ਕਿਸੇ ਵਿਰੋਧੀ ਪਾਰਟੀ ਦਾ ਨਾਂ ਲਓ ਕਿ ਉਹਨਾਂ ਨੇ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਇਹ ਕਾਰਨਾਮ 13 ਦਸੰਬਰ ਸਾਲ 2023 ਨੂੰ ਜੋ ਕੁਝ ਵਾਪਰਿਆ ਉਹ ਅਸੀਂ ਕਰਨ ਗਏ ਸੀ ਵਿਰੋਧੀ ਪਾਰਟੀ ਦੇ ਇਸ਼ਾਰਿਆਂ ਤੇ ਔਰ ਜਿਹੜੀ ਕੁੜੀ ਸੀ ਨੀਲਮ ਆਜ਼ਾਦ ਉਹ ਤਾਂ ਬਾਹਰ ਸੀ ਉਹ ਤਾਂ ਅੰਦਰ ਵੀ ਨਹੀਂ ਗਈ ਸਿਰਫ ਦੋ ਹੀ ਵਿਅਕਤੀ ਅੰਦਰ ਗਏ ਸੀ ਬਾਕੀ ਬਾਹਰ ਸੀ ਉਹਨਾਂ ਨੂੰ ਵੀ ਉਸੇ ਹਿਸਾਬ ਦੇ ਨਾਲ ਟ੍ਰੀਟ ਕੀਤਾ ਜਾ ਰਿਹਾ ਬਲਕਿ ਨੀਲਮ ਦੀ ਤਾਂ ਪਿਛਲੇ ਦਿਨਾਂ ਦੇ ਵਿੱਚ 18 ਜਨਵਰੀ ਨੂੰ ਜ਼ਮਾਨਤ ਉਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਰੱਦ ਕਰ ਸੋ ਇਸ ਤਰ੍ਹਾਂ ਦਾ ਇੱਕ ਮਾਹੌਲ ਬਣਿਆ ਵੈਸੇ ਉਹਨਾਂ ਨੇ ਦਿੱਲੀ ਪੁਲਿਸ ਨੂੰ ਜੱਤ ਸਾਹਿਬ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਤਾ ਕਿ ਤੁਸੀਂ ਇਹਨਾਂ ਸਾਰੀਆਂ ਐਲੀਗੇਸ਼ਨ ਦਾ ਅਦਾਲਤ ਦੇ ਵਿੱਚ ਆ ਕੇ ਜਵਾਬ ਦਿਓ ਜੀਵਾਸੂ ਜੀ ਤੇ ਮਨਪ੍ਰੀਤ ਜੀ ਨਿਰਮਲਾ ਸੀਤਾ ਰਾਮਨ ਅੱਜ ਫੇ ਬਜਟ ਵੀ ਪੇਸ਼ ਕਰਨ ਜਾ ਰਹੇ ਨੇ ਅੰਤਰੀਮ ਬਜਟ ਹੋਏਗਾ ਕਿਉਂਕਿ ਇਲੈਕਸ਼ਨ ਵੀ ਹੈ ਬਿਲਕੁਲ ਦੇਖੋ ਇਹਨਾਂ ਦਾ ਹੁਣ ਸਨ 2024 ਦੀਆਂ ਇਲੈਕਸ਼ਨਾਂ ਕੋਈ ਦੂਰ ਨਹੀਂ ਆ ਆਪਾਂ ਇੱਕ ਦਿਨ ਗੱਲ ਕੀਤੀ ਸੀ ਕਿ ਇੱਕ ਉਹਨਾਂ ਦਾ ਸਰਕੂਲਰ ਲੀਕ ਹੋਇਆ ਸੀ ਹੋ ਸਕਦਾ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ ਹੋ ਜੇ ਔਰ ਮੈਨੂੰ ਲੱਗਦਾ ਕਿ ਇਹ ਜਿਹੜਾ ਬਜਟ ਆ ਇਹ ਪੂਰੀ ਤਰ੍ਹਾਂ ਇੱਕ ਪਪੂਲਰ ਬਜਟ ਹੋਏਗਾ ਲੋਕ ਲੁਭਾਵਨਾ ਜਿਹਨੂੰ ਆਪਾਂ ਕਹਿ ਦਿੰਦੇ ਆ ਲੋਕਾਂ ਨੂੰ ਹਰ ਤਰ੍ਹਾਂ ਦੀ ਰਹਿਤਾ ਮਿਲ ਗਿਆ ਬਹੁਤ ਜ਼ਿਆਦਾ ਕੋਈ ਟੈਕਸਿਸ ਨਹੀਂ ਲੱਗਣਗੇ ਟੈਕਸ ਫਰੀ ਬਜਟ ਆਉਣ ਦੀ ਉਮੀਦ ਆ ਔਰ ਲੋਕਾਂ ਨੂੰ ਵੱਧ ਵੱਧ ਰਹਿਤਾ ਚਾਹੇ ਉਹਨਾਂ ਨੂੰ ਟੈਕਸ ਰਿਵੈਟ ਮਿਲ ਜਾਣ ਕિંਮਤਾ ਜਿਹੜੀਆਂ ਚੀਜ਼ਾਂ ਦੀਆਂ ਨੇ ਜਿਵੇਂ ਕਿ ਇਲੈਕਟ੍ਰੀਕਲ ਅਪਲਾਈਂਸਸ ਹੁੰਦੇ ਨੇ ਇਲੈਕਟ੍ਰੋਨਿਕ ਅਪਲਾਈਂਸਸ ਹੁੰਦੇ ਨੇ ਜਾਂ ਹੋਰ ਕਾਰਾਂ ਹੁੰਦੀਆਂ ਨੇ ਇਸ ਤਰ੍ਹਾਂ ਦੀ ਮਿਡਲ ਕਲਾਸ ਲਈ ਇਹ ਚੀਜ਼ਾਂ ਬਹੁਤ ਅਹਿਮੀਅਤ ਰੱਖਦੀਆਂ ਨੇ ਇਹਨਾਂ ਦੇ ਹੋ ਸਕਦਾ ਜਿਹੜੇ ਆ ਉਪਹਾਰ ਨਾ ਆਵਦਨ ਬਾਕੀ ਜਿਹੜੇ ਟੈਕਸ ਸਲੈਬਸ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਰਾਹਤ ਮਿਲ ਸਕਦੀ ਸੋ ਕਾਫੀ ਕੁਝ ਐਕਸਪੈਕਟ ਕੀਤਾ ਜਾ ਰਿਹਾ ਕਿਉਂਕਿ ਇਹ ਇੱਕ ਇਲੈਕਸ਼ਨ ਈਅਰ ਆ ਔਰ ਉਹਦੇ ਵਿੱਚ ਜਿਹੜਾ ਅਮੂਮਨ ਜਿਹੜਾ ਬਜਟ ਆਉਂਦਾ ਉਹ ਲੋਕਾਂ ਲਈ ਵਧੀਆ ਹੀ ਆਉਂਦਾ ਲੋਕਾਂ ਵਾਸਤੇ ਹੀ ਆਉਂਦਾ ਜੀ ਵਾਸੋ ਜੀ ਇਹਦੀਆਂ ਸਾਰੀਆਂ ਡਿਟੇਲਸ ਕੱਲ ਜ਼ਰੂਰ ਡਿਸਕਸ ਕਰਾਂਗੇ ਪਰ ਉਸ ਤੋਂ ਜਾਣ ਤੋਂ ਪਹਿਲਾਂ ਮਨਪ੍ਰੀਤ ਜੀ ਦੱਸ ਕੇ ਜਾਓ ਕਿ ਮੌਸਮ ਉੱਥੇ ਕਿਹੋ ਜਿਹਾ ਇਸ ਵੇਲੇ ਮੀਂਹ ਕਾਫੀ ਪੈ ਰਿਹਾ ਕਈ ਥਾਵਾਂ ਤੇ ਕਾਫੀ ਗੜੇਮਾਰੀ ਵੀ ਹੋਈ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਦਰਅਸਲ ਇਹ ਜਿਹੜੀ ਲਗਾਤਾਰ ਇੱਕ ਡਰਾਈ ਸਪੈਲ ਚੱਲ ਰਿਹਾ ਸੀ ਸੁੱਕੀ ਠੰਡ ਜਿਹਨੂੰ ਆਪਾਂ ਕਹਿੰਦੇ ਆ ਉਹ ਪੈ ਰਹੀ ਸੀ ਉਸ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਮੀ ਪੈਣ ਲੱਗਿਆ ਔਰ ਖਾਸ ਤੌਰ ਤੇ ਰੋਪੜ ਦੇ ਅਨੰਦਪੁਰ ਸਾਹਿਬ ਇਲਾਕੇ ਦੇ ਵਿੱਚ ਇਸ ਪਵਾਰ ਦੇ ਇਲਾਕੇ ਦੇ ਵਿੱਚ ਇੱਥੇ ਤੱਕ ਕਿ ਗੜੇ ਤੱਕ ਵੀ ਪੈ ਗਿਆ ਮੀਂਹ ਪੈਣਾ ਜਿਹੜੇ ਮਹਾਰਾਜਾ ਕਹਿਣਾ ਸੀ ਕਿ ਚੰਗਾ ਇੱਕ ਤਾਂ ਲੋਕਾਂ ਨੂੰ ਰਾਹਤ ਮਿਲੂਗੀ ਜਿਹੜੀ ਬਾਈਟਿੰਗ ਕੋਲਡ ਆਪਾਂ ਜਿਹਨੂੰ ਕਹਿੰਦੇ ਆ ਸਟਿੰਗਿੰਗ ਜਿਹੜੀ ਕੋਲਡ ਹੁੰਦੀ ਹੈ ਹੱਡਾਂ ਦੇ ਵਿੱਚ ਚੁੱਭਦੀ ਹੈ ਜਿਹੜੀ ਉਸ ਤੋਂ ਲੋਕਾਂ ਨੂੰ ਜ਼ਰੂਰ ਰਾਹਤ ਮਿਲੀ ਹੈ ਦੂਸਰਾ ਫਸਲਾਂ ਲਈ ਵੀ ਮੰਨਿਆ ਜਾਂਦਾ ਕਿ ਜੇ ਲਗਾਤਾਰ ਸੁੱਕੀ ਠੰਡ ਪੈਂਦੀ ਰਹਿੰਦੀ ਤੇ ਇਹਦੇ ਨਾਲ ਜਿਹੜਾ ਕਣਕ ਦਾ ਦਾਣਾ ਸੀ ਉਹ ਕਾਲਾ ਪੈ ਸਕਦਾ ਸੀ ਸੋ ਫਸਲਾਂ ਲਈ ਲੋਕਾਂ ਲਈ ਸਾਰਿਆਂ ਲਈ ਇੱਕ ਚੰਗੀ ਖਬਰ ਪਰ ਪਰਾਇਤ ਸਭ ਤੋਂ ਵੱਡਾ ਇਸ ਕਰਕੇ ਲੱਗ ਰਿਹਾ ਕਿ ਜੇ ਗੜੇ ਇਸੇ ਤਰ੍ਹਾਂ ਫੈਲਦੇ ਰਹੇ ਤਾਂ ਕਿਤੇ ਗੜਿਆਂ ਦੀ ਮਾਰ ਫਸਲਾਂ ਨੂੰ ਨਾ ਹੋ ਜਾਈ ਜੀ 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 ਵਾਸੂ ਜੀ ਮਨਪ੍ਰੀਤ ਜੀ ਇਹਨਾਂ ਸਾਰੀਆਂ ਖਬਰਾਂ ਲਈ ਇਸ ਐਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ ਕੱਲ ਫੇਰ ਗੱਲਬਾਤ ਹੋਏਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ